ਗੁੱਡ ਮਾਰਨਿੰਗ ਜੀ। ਰਾਤੀ ਅਸੀਂ ਜਿੱਥੇ ਲਾਈ ਗੱਡੀ ਇੱਥੇ ਹੈ ਨਹੀਂ ਗੇ ਸ਼ਾਵਰ, ਉੱਦਾਂ ਹੀ ਪਾਰਕਿੰਗ ਜੀ। ਮੌਸਮ ਹਲਕਾ ਹਲਕਾ ਠੰਡਾ ਠੰਡਾ ਹੈਗਾ। ਇੱਥੇ ਦੋ ਕੁ ਫਸਲਾਂ ਆਈ ਜਾਂਦੀਆਂ, ਮੱਕੀ ਅਤੇ ਸੋਇਆਬੀਨ। ਅਤੇ ਕਹਿੰਦੇ ਜਿਹੜੀ ਸਟੇਟ 'ਚ ਹਵਾ ਬਹੁਤ ਵਗਦੀ ਨਾ ਇੱਥੇ, ਹਾਂ ਟੋਰਨੈਡੋ ਵੀ ਬੜੇ ਆਉਂਦੇ ਨਾ। ਫਲੋਰੀਡਾ ਆਉਂਦੇ ਆ ਕਿੱਥੇ? ਇਥੋਂ ਦਾ ਜੀ ਵਾਰਨ ਬਫੇ ਸਾਹਿਬ ਇਥੋਂ ਦੇ ਨੇ। ਇਹਨੇ ਪਹਿਲੀ ਇਨਵੈਸਟਮੈਂਟ ਕੀ ਕੀਤੀ ਸੀ? ਸੱਤਾਂ ਸਾਲਾਂ ਦੀ ਕੀਤੀ ਸੀ ਨਾ ਮੇਰੇ ਖਿਆਲ, ਸੱਤਾਂ ਕਿਆ ਪਤਾ ਨੀ, 11 ਸਾਲਾਂ 'ਚ ਉਹਦੀ ਕੋਰਟ ਆ, ਕਹਿੰਦਾ ਮੈਂ ਆਪਣੀ ਪਹਿਲੀ ਜ਼ਿੰਦਗੀ ਵੇਸਟ ਹੀ ਕਰਤੀ ਕਹਿੰਦਾ। ਅਜੇ ਤੱਕ ਤਾਂ ਜੇ ਵੀ ਨਹੀਂ ਗ੍ਰੀਨਰੀ ਮੁੱਕੀ ਜੋ ਆਪਾਂ ਤੁਰੇ ਹਾਂ, ਜਿਹੜਾ ਆਪਾਂ ਡੈਥ ਵੈਲੀਆਂ ਐਰੀਜ਼ੋਨਾ ਵਗੈਰਾ ਏਰੀਆ ਜਿਹੜਾ ਜਿੱਥੇ ਗ੍ਰੈਂਡ ਕੈਨੀਅਨ ਆ, ਉੱਧਰ ਉਹ ਸੁੱਕਾ ਹੀ ਸੁੱਕਾ ਸਾਰਾ ਕੁਛ ਨਾ। ਸੋ ਫਾਰ ਆਪਾਂ ਵੀ ਮੈਨੂੰ ਲੱਗਦਾ ਚਲਾ ਹੀ ਦਿੱਤਾ ਆਪਾਂ ਵੀ 1.5-2 ਹਜ਼ਾਰ ਮਾਈਲ ਤਕਰੀਬਨ ਚਲਾ ਹੀ ਦਿੱਤਾ ਭਾਜੀ। 2000 ਮੀਲ ਚੱਲਿਆ ਓਦਾਂ ਚਲੋ ਇੱਥੇ ਫਿਰਿਆ ਹੋਣਾ ਵਾ ਛੋਟੇ ਹੁੰਦਿਆਂ, ਕਹਿੰਦਾ ਇਹਨਾਂ ਮੈਂ ਫਿਰਦਾ ਰਹਿੰਦਾ ਹੁਣਾ ਸਾਈਕਲ ਤੇ, ਤੇਲ ਤੂਲ ਇੱਥੇ ਪਾਉਂਦਾ ਹੋਣਾ। 4 ਕੁ ਮਾਈਲ ਆ ਇੱਥੋਂ। ਓ ਮਾਈ ਆ ਨਾਲ ਦੇ ਟਰੱਕ ਦੀ ਡਰਾਈਵਰ ਹੈ ਜੀ। ਸਿਟੀ ਓਮਾਹਾ ਜਿਹਨੂੰ ਤੁਸੀਂ ਪਿੱਛੇ ਵੇਖ ਸਕਦੇ, ਅਤੇ ਆਪਣੇ ਲਾਗਿਓਂ ਲੰਘ ਰਹੀ ਆ ਮਸੂਰੀ ਰਿਵਰ, ਜਿਹੜੀ ਅਮਰੀਕਾ ਦੀ ਸਭ ਤੋਂ ਲੰਬੀ ਨਹਿਰ ਆ। ਇਹਦੀ ਲੰਬਾਈ ਹੈਗੀ 3767 ਕਿਲੋਮੀਟਰ। ਅਤੇ ਓਮਾਹਾ ਸਿਟੀ ਇਸ ਲਈ ਮੇਰੇ ਵਾਸਤੇ ਖਾਸ ਹੈ ਕਿਉਂਕਿ ਵਾਰਨ ਬਫੇ ਇੱਥੋਂ ਦਾ ਹੀ ਰਹਿਣ ਵਾਲਾ, ਅਤੇ ਕੋਈ ਦੁਨੀਆ ਦੇ ਟਾਵਾਂ ਹੀ ਹੋਣਾ ਜਿਹਨੂੰ ਵਾਰਨ ਬਫੇ ਦਾ ਨਹੀਂ ਪਤਾ। ਤਕਰੀਬਨ 125 ਬਿਲੀਅਨ ਉਹਦੀ ਵੈਲਥ ਆ, ਅਤੇ ਦੁਨੀਆ ਦੇ ਵਿੱਚ ਜਿੰਨੇ ਵੀ ਉੱਪਰਲੇ ਅਮੀਰ ਤਰੀਨ ਲੋਕ ਆ ਨਾ, ਉਹਨਾਂ ਸਭ ਨੇ ਕੁਝ ਨਾ ਕੁਝ ਇਨਵੈਂਟ ਕੀਤਾ ਵਾ, ਕੁਛ ਨਾ ਕੁਛ ਬਣਾਇਆ ਵਾ, ਪਰ ਵਾਰਨ ਬਫੇ ਨੇ ਇਹੋ ਜਿਹਾ ਕੁਝ ਨਹੀਂ ਬਣਾਇਆ। ਉਹਨੇ ਲੋਕਾਂ ਦੀ ਖੂਬੀ ਪਛਾਣੀ ਅਤੇ ਉਹਦੇ ਵਿੱਚ ਇਨਵੈਸਟ ਕੀਤਾ। 11 ਸਾਲ ਤੋਂ ਇਹਨੇ ਆਪਣੀ ਪਹਿਲੀ ਇਨਵੈਸਟਮੈਂਟ ਸਟਾਰਟ ਕੀਤੀ ਸੀ, ਅਤੇ ਇਹਨੇ ਗੱਲ ਕਹੀ ਹੈ ਕਿ 11 ਸਾਲ ਤੋਂ ਪਹਿਲਾਂ ਮੈਂ ਜ਼ਿੰਦਗੀ ਵੇਸਟ ਹੀ ਕਰਤੀ। ਅਸਲ ਦੇ ਵਿੱਚ ਇੰਨਾ ਐਕਸਟ੍ਰੀਮ ਲੈਵਲ ਦਾ ਇਹ ਇਨਵੈਸਟਰ ਆ। ਆਪਾਂ ਜਦੋਂ ਨਵਾਂ ਆਈਫੋਨ ਲੈ ਲੈ ਕੇ ਸਟੋਰੀਆਂ ਪਾਉਂਦੇ ਰਹਿੰਦੇ ਹਾਂ ਨਾ, ਅਤੇ ਉਹ ਵੀ ਲੈਣਾ ਜੇ ਲੱਗ ਲੱਗ ਕੇ ਰਹੀਦਾ, ਵੇਟਿੰਗ ਕਰ ਕਰਕੇ ਲਈਦਾ। ਇਹਨੇ ਜਦੋਂ ਚੇਂਜ ਕੀਤਾ ਸੀ ਨਾ ਆਪਣੇ ਫਲਿੱਪ ਫੋਨ ਤੋਂ ਆਈਫੋਨ ਦੇ ਉੱਤੇ, ਆਈਫੋਨ ਦਾ ਐਪਲ ਦਾ CEO ਇਹਨੂੰ ਘਰ ਆ ਕੇ ਆਈਫੋਨ ਸਿਖਾ ਕੇ ਗਿਆ ਸੀ ਵੀ ਇਹ ਚੱਲਦਾ ਕਿੱਦਾਂ ਵਾ। ਅਤੇ ਵਾਰਨ ਬਫੇ ਦੀ ਸਟੋਰੀ ਤੋਂ ਮੈਂ ਇਹ ਨਹੀਂ ਆਉਂਦਾ ਕਿ ਤੁਸੀਂ ਕੋਈ ਇਨਵੈਸਟਿੰਗ ਵੱਲ ਜਾਓ, ਪਰ ਇਹਦੀ ਜ਼ਿੰਦਗੀ ਤੋਂ ਆਪਾਂ 2 ਲੈਸਨ ਬਹੁਤ ਵੱਡੇ ਸਿੱਖ ਸਕਦੇ ਹਾਂ। 1, ਦੂਜਿਆਂ ਦੀ ਖੂਬੀ ਪਛਾਣਨਾ। ਜੇ ਆਪਾਂ ਨੂੰ ਲੱਗਦਾ ਵਾ ਕਿ ਮੈਂ ਕੁਝ ਖਾਸ ਨਹੀਂ ਕਰ ਸਕਦਾ, ਤਾਂ ਆਪਾਂ ਹੋਰਾਂ ਤੋਂ ਕੁਝ ਸਿੱਖ ਸਕਦੇ ਹਾਂ ਜਾਂ ਉਹਨਾਂ ਦੇ ਐਂਡੈਵਰ ਦੇ ਵਿੱਚ ਇਨਵੈਸਟ ਕਰ ਸਕਦੇ ਹਾਂ। ਅਤੇ ਦੂਸਰੀ ਗੱਲ, ਲਾਈ ਲੱਗ ਨਾ ਹੋਣਾ। ਇਹਨੇ ਕਿਹਾ ਜਿੰਨੇ ਮਰਜ਼ੀ ਬਿਜ਼ਨਸ ਇਹਦੇ ਹੱਥੋਂ ਗਏ, ਚਾਹੇ ਉਹ ਚੰਗੇ ਵੀ ਸੀ, ਪਰ ਇਹਨੇ ਕਦੀ ਲਾਈ ਲੱਗ ਹੋ ਕੇ ਇਨਵੈਸਟ ਨਹੀਂ ਕੀਤਾ। ਇਹ ਕਹਿੰਦਾ ਜਿਹੜੀ ਚੀਜ਼ ਦੀ ਮੈਨੂੰ ਸਮਝ ਨਹੀਂ ਨਾ ਆਉਂਦੀ ਮੈਂ ਉਹ 'ਚ ਇਨਵੈਸਟ ਨਹੀਂ ਕਰਦਾ, ਚਾਹੇ ਮੈਨੂੰ ਕੋਈ ਲੱਖ ਕਵੇ ਕਿ ਇਹ ਬਿਜ਼ਨਸ ਬਹੁਤ ਵਧੀਆ ਵਾ। ਘੁੰਮ ਘੁੰਮਾ ਕੇ ਉਹਨੇ ਪਹਿਲੀ ਗੱਲ 'ਤੇ ਚੰਗਿਆਈਆਂ ਵੱਲ ਹੋਰਾਂ ਦੀ, ਇਸੇ ਕਰਕੇ ਜ਼ਰੂਰੀ ਆ ਕਿ ਹੋਰਾਂ ਦੀਆਂ ਚੰਗਿਆਈਆਂ ਪਛਾਣੋ, ਉਹਦੇ ਵਿੱਚ ਇਨਵੈਸਟ ਕਰੋ। ਇਸੇ ਲਈ ਜ਼ਿੰਦਗੀ ਦੇ ਵਿੱਚ ਜਿਹੜੀ ਕਿਸੇ ਚੰਗੇ ਲੋਕਾਂ ਦੀ ਸੰਗਤ ਆ, ਉਹ ਵੀ ਇੱਕ ਚੰਗੀ ਇਨਵੈਸਟਮੈਂਟ ਹੁੰਦੀ ਆ।
ਜ਼ਰੂਰੀ ਨਹੀਂ ਵੀ ਜਦੋਂ ਡਾਕਟਰ ਨੇ ਕਹਿਣਾ ਵਾ ਵੀ ਭਾਈ ਉਬਲਿਆ ਖਾਣਾ ਖਾਇਆ ਕਰੋ ਹੁਣ ਤਲਿਆ ਛੱਡ ਦਿਉ ਉਦੋਂ ਹੀ ਅਸੀਂ ਕਰਨਾ ਵਾ ਅਤੇ ਜ਼ਿੰਦਗੀ ਦੇ ਵਿੱਚ ਵੀ ਉਦੋਂ ਹੀ ਅਸੀਂ ਚੰਗੀਆਂ ਲੋਕਾਂ ਦੀ ਸੰਗਤ ਕਰਨੀ ਹੈ ਜਦੋਂ ਜ਼ਿੰਦਗੀ ਸਾਡੀ ਟਾਈਟ ਹੋ ਗਈ ਉਸ ਤੋਂ ਪਹਿਲੇ ਚੰਗੀਆਂ ਲੋਕਾਂ ਦੀ ਸੰਗਤ ਕਰਨੀ ਸਟਾਰਟ ਕਰ ਦਿਉ ਹੌਲੀ ਹੌਲੀ ਉਹਦਾ ਟੇਸਟ ਡਿਵੈਲਪ ਹੋ ਜਾਂਦਾ ਅੱਜ ਸਾਨੂੰ ਲੱਗਦਾ ਕਿ ਸਾਡੇ ਨਾਲ ਜਿਹੜੀਆਂ ਯਬਲੀਆਂ ਮਾਰਨ ਵਾਲੇ ਉਹਨਾਂ ਨਾਲ ਜੀ ਜ਼ਿਆਦਾ ਲੱਗਦਾ ਉਹ ਵੀ ਰੱਖੋ ਪਰ ਹੌਲੀ ਹੌਲੀ ਦੂਸਰੀਆਂ ਚੰਗੀਆਂ ਸੰਗਤਾਂ ਲਈ ਵੀ ਆਪਣਾ ਟੇਸਟ ਡਿਵੈਲਪ ਕਰੋ ਤਾਂ ਜੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਤਾਂ ਚੱਕੇ ਕਿਉਂਕਿ ਨਹੀਂ ਤਾਂ ਕਹਿੰਦੇ ਆ ਕਿ ਜਿੱਥੇ ਚਾਰ ਬੇਵਕੂਫ ਬੈਠੇ ਗੱਲਾਂ ਕਰਨ ਡਏ ਨਾ ਪੰਜਵੇਂ ਤੁਸੀਂ ਵਿੱਚ ਜਾ ਕੇ ਬਹਿ ਗਏ ਅਤੇ ਉੱਥੇ ਹੁਣ ਚਾਰ ਨਹੀਂ ਪੰਜ ਬੇਵਕੂਫ ਹੋ ਗਏ ਅਤੇ ਜਿੱਥੇ ਚਾਰ ਸਿਆਣੇ ਬੈਠੇ ਗੱਲਾਂ ਕਰਦੇ ਆ ਤੁਸੀਂ ਪੰਜਵੇਂ ਵਿੱਚ ਜਾ ਕੇ ਬਹਿ ਗਏ ਉੱਥੇ ਹੁਣ ਚਾਰ ਸਿਆਣੇ ਨਹੀਂ ਪੰਜ ਸਿਆਣੇ ਹੋ ਗਏ ਜਿਹੜੀ ਹੁਣ ਸਿਟੀ ਆਉਣੀ ਦਾ ਕੀ ਨਾਂ ਭਾਜੀ ਲਿੰਕਨ ਉਸ ਤੋਂ ਬਾਅਦ 900 ਮੀਲ ਬਾਅਦ ਆਉਣਾ ਵੱਡਾ ਸ਼ਹਿਰ ਤੇਲ ਹੈਗਾ ਪਰ ਰਲਿਆ ਆਪਾਂ ਨਾ ਪੂਰਾ ਨਾ ਇਹੋ ਜਿਹੀ ਵੱਡੀ ਹੈ ਲਾਲਚ ਦੇ ਰਿਹਾ ਆਪਾਂ ਜੀ 60 ਸੈਂਟ ਕਹਿੰਦਾ ਮਾਈਲ ਦੇ ਨਾਲ ਬੈਨੀਫਿਟ ਹੈ ਹੁਣ ਅਸੀਂ ਆ ਗਏ ਹਾਂ ਨੈਕਸਟ ਸਟੋਪ 'ਤੇ ਕਿਉਂਕਿ ਉਹਦੇ ਸਟੋਪ 'ਤੇ ਇੱਕ ਰੈਸਟੋਰੈਂਟ ਸੀ ਉਹ ਬੰਦ ਸੀ ਅਤੇ ਭਾਅ ਜੀ ਦੀ ਸਿਹਤ ਤੋਂ ਤੁਹਾਨੂੰ ਦੇ ਹੀ ਰਿਹਾ ਕਿ ਭਾਅ ਜੀ ਖਾਣੇ ਦਾ ਬਹੁਤ ਧਿਆਨ ਰੱਖਦੇ ਭਾਅ ਜੀ ਕਹਿੰਦੇ ਬਰਗਰ ਸ਼ਰਗਰ ਆਪਾਂ ਖਾਣੇ ਨਹੀਂ ਗੇ ਸੋ ਹੁਣ ਆੜੇ ਜਾ ਕੇ ਫਲਾਇੰਗ ਜੇ ਕਰੇ ਉੱਥੋਂ ਜਾਣੀ ਕਿ 30-40 ਮਾਈਲ ਸੀ ਡੈਨੀ ਡੈਨੀ ਅੱਛਾ ਡੈਨੀ ਸੇ ਇਹ ਜੀ ਸਾਲਮਨ ਭਾਅ ਜੀ ਖਾਂਦੇ ਆ ਤਾਂ ਫਿੱਟ ਰਹਿੰਦੇ ਆ ਹੈ ਪਾਗੇ ਚੋਗ ਪਿੱਛੋਂ ਮਾਰ ਦੇਣ ਤਾੜੀਆਂ ਪਾਗੇ ਚੋਗ ਪਿੱਛੋਂ ਮਾਰ ਦੇਣ ਤਾੜੀਆਂ ਅਏ ਕੱਚੇ ਤੰਦਾਂ ਦੀਆਂ ਅੱਜ ਕੱਲ੍ਹ ਯਾਰੀਆਂ ਉਹ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਆਪਾਂ ਸਾਈਡ ਨੂੰ ਕੱਢ ਲਿਆ ਇੰਸਪੈਕਸ਼ਨ ਏਰੀਆ ਨੂੰ ਮਾੜਾ ਜਿਹਾ ਇਹਦੀ ਵੀਡੀਓ ਬਣਾ ਲਈਏ ਉੱਦਾਂ ਤਾਂ ਵੈਸੇ ਬੰਦ ਆ ਇਹ ਅਤੇ ਉਹ ਭਾਅ ਜੀ ਕਹਿੰਦੇ ਉਹ ਪਰਾਂ ਜਿਹੜਾ ਉਹ ਘਰ ਜਿਹਾ ਬਣਾਇਆ ਵਾ ਗਰਾਜ ਉਹਦੇ 'ਚ ਟਰਾਲਾ ਲੈ ਜਾਂਦੇ ਜਦੋਂ ਫਿਰ ਪੂਰੀ ਇੰਸਪੈਕਸ਼ਨ ਕਰਦੇ ਟਰੱਕ ਦੀ ਇੱਥੇ ਪਹਿਲਾਂ ਵੇਟ ਹੋਣਾ ਹਾਂ 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 ਰਾਈਟ ਚੱਲ ਗਾ ਧਰਮ ਕੰਡਾ ਹਾਂ ਠੀਕ ਆ ਅੰਦਰ ਬੈਠੇ ਹੋਣੇ ਆਫਿਸਰ ਹਨ ਕੈਲੀਫੋਰਨੀਆ ਤਾਂ ਵੀ ਟਿਕਟ ਦੇਣੀ ਆ ਉਹਨੇ ਕਹਿਣਾ ਸੈੱਟ ਕਰ ਸੈੱਟ ਕਰ ਤੇ ਕਈ ਸਟੇਟਾਂ ਵਾਲੇ ਪਹਿਲਾਂ ਕਹਿੰਦੇ ਸੈੱਟ ਕਰ ਲਾ ਦੁਬਾਰਾ ਕਰ ਲਾ ਟਿਕਟ ਨਹੀਂ ਦਿੰਦੇ ਆ ਰੀਜਨ ਅੱਛਾ ਓਕੇ ਕੈਲੀਫੋਰਨੀਆ ਵਾਲੇ ਜ਼ਿਆਦਾ ਸਟ੍ਰਿਕਟ ਆ ਆਹੋ ਉਹੀ ਮੈਂ ਕਿਹਾ ਵੀ ਉਹਦੇ ਜੇ ਉਹਨਾਂ ਨੇ ਅਨਫਿਟ ਡਿਕਲੇਅਰ ਕਰਦੇ ਆ ਟਰੱਕ ਨੂੰ 80 ਤੇ ਫਿਰ ਚੜ੍ਹਨ ਦੀ ਜ਼ਿਆਦਾ ਦੇ ਹਨਾ 80,000 ਤੋਂ ਨੀਚੇ ਕਰ ਸਕਦੇ ਠੀਕ ਹੋ ਜੀ ਠੀਕ ਹਾਂਜੀ ਤੇ ਇਹ ਜਿਹੜੀਆਂ ਟਿਕਟਾਂ ਵਾ ਇਹ ਰਿਕਾਰਡ ਤੇ ਚੜ੍ਹਦੀਆਂ ਡਰਾਈਵਰ ਤੇ ਆਪਾਂ ਹੁਣ ਲੰਘ ਰਹੇ ਹਾਂ ਜੀ ਲਿੰਕਨ ਤੇ ਨੇਬਰਾਸਕਾ ਦੀ ਕੈਪੀਟਲ ਆ ਜੀ ਕਹਿੰਦੇ ਅਮਰੀਕਾ ਸੱਚੀ ਗੱਲ ਆ ਵੀ ਬਹੁਤ ਤਕੜਾ ਸਿੱਧੀ ਰੋਡ ਜੀ ਅਸੀਂ ਫੜੀ ਆ ਭਾਜੀ ਨੂੰ ਮੈਂ ਪੁੱਛਦਾ ਸੀ ਕਿ ਬ੍ਰੇਕ ਪਾਉਣੀ ਕਿੰਨੇ ਘੰਟਿਆਂ ਬਾਅਦ ਜ਼ਰੂਰੀ ਭਾਜੀ ਕਹਿੰਦੇ 8 ਅਤੇ ਪਹਿਲਾਂ ਕਹਿੰਦੇ ਜਦੋਂ ਪੁਰਾਣੀਆਂ ਲੋਕ ਬੁੱਕਾਂ ਹੁੰਦੀਆਂ ਸੀ ਉਦੋਂ ਕੋਈ ਜ਼ਰੂਰੀ ਨਹੀਂ ਸੀ ਇੰਨੀ ਅਤੇ ਉਦੋਂ ਚੱਲ ਜਾਂਦਾ ਹੁੰਦਾ ਸੀ ਕੰਮ ਇਹ ਆ ਪੁਰਾਣੀਆਂ ਲੋਕ ਬੁੱਕਾਂ ਇੱਦਾਂ ਦੀਆਂ ਹੁੰਦੀਆਂ ਸੀ ਤਾਂ ਹੁਣ ਇਲੈਕਟ੍ਰੋਨਿਕ ਆ ਗਈਆਂ ਅਤੇ ਭਾਜੀ ਦੀ ਇਲੈਕਟ੍ਰੋਨਿਕ ਬੁੱਕਾਂ ਆੜੀ ਟੈਪ ਦੇ ਵਿੱਚ ਹੀ ਆ ਸਾਰਾ ਕੁਛ ਹੀ ਉਦੋਂ ਸਿੱਧੀ ਨੀ ਬਣਾਉਂਦੇ ਸੀ ਉਹ ਪੁੱਠੀ ਸ਼ੁਰੂ ਕਰਨੀ ਬਣਾਉਣੀ ਅੱਛਾ ਪਿੱਛੇ ਤਾਣੋ ਹੈ
ਮੈਂ ਤਾਂ ਬੂਥੀ ਵਿਖਾਉਣੀ ਕਿ ਮੈਨੂੰ ਸੌ ਗਿਆ ਆ ਘੰਟਾ, ਪਰ ਬੂਥੀ ਦੀ ਲਿਸ਼ਕੀ ਬੜੀ ਰਹੀ ਹੈ ਜਿਵੇਂ ਹੁਣੇ। ਮੈਂ ਤਾਂ ਕਿਹਾ ਵੀ ਅੱਖਾਂ ਲਾਲ ਹੋਈਆਂ ਹੋਣੀਆਂ, ਹੈਗੀਆਂ ਥੋੜ੍ਹੀਆਂ ਜਿਹਾ ਹਜ਼ਾਰ ਯੁਵਰਾਜ ਚਾਹਲ। ਸੋ ਇੱਥੇ ਇੰਡੀਅਨ ਰੈਸਟੋਰੈਂਟ ਆ ਨਾ, ਤੇ ਇਹ ਬਹੁਤੇ ਆਪਣੇ ਇੰਡੀਅਨ ਹੀ ਹੋਣਗੇ ਨਾ। ਅੱਲਾ ਮਾਰਿਆ ਨੀ ਸਾਨੂੰ ਪਰ ਕੱਟ ਵੀ ਨਾ ਕੀਤੀ। ਚਾਹ ਜੀ ਆ ਸਟੋਪ ਤੇ $4 ਦੀ ਹੈ ਹੁਣ। $4 ਦੀ ਦੇਖੋ ਪੀ ਕੇ ਹੈਗੀ ਹੈ। ਮੈਂ ਘੁੱਟ ਜਿਹਾ ਭਰ ਕੇ ਵੇਖਣ ਡਿਆ ਵਾਂ, ਉਹ ਜਿਵੇਂ ਉਹ ਦੁੱਧ ਪਾਇਆ ਹੁੰਦਾ ਨਾ, ਕਾੜਿਆ ਦੁੱਧ ਪਾਇਆ ਹੁੰਦਾ ਵਾ, ਤੇ ਉਹੋ ਜਿਹਾ ਕੱਚਾ ਕੱਚਾ ਜਿਹਾ ਸਵਾਦ ਆਉਂਦਾ ਵਾ, ਯਾਨੀ ਕਿ ਉਹ ਢਾਬੇ ਵਾਲਾ ਹਾ ਕੰਮ ਨੀ ਗਾ। ਚਲੋ ਇਹ ਪਹਿਲਾਂ ਕਹਿੰਦੇ ਗੁਜਰਾਤੀਆਂ ਤੋਂ ਹੀ, ਗੁਜਰਾਤੀਆਂ ਤੋਂ ਪਾਕਿਸਤਾਨੀ ਵੀਰਾਂ ਨੇ ਲੈ ਲਿਆ, ਤੇ ਸੌਦਾ ਖਾਸਾ ਮਹਿੰਗਾ ਯਾਰ, ਵੀ ਬੁਰਾਈ ਨੀ ਕਰਨੀ ਚਾਹੀਦੀ ਪਰ ਬਾਹਲਾ ਹੀ ਆ। ਜੂਸ ਜਾ ਜੇ ਵੀ ਲਏ ਇੱਕ ਇੱਕ ਡੱਬਾ ਜਾਂ $4 ਦਾ ਡੱਬਾ, ਸੋ ਜ਼ਿਆਦਾ ਮਹਿੰਗਾ ਭਾਈ। ਹਾਂ ਨਿਊ ਜਰਸੀ ਹੋਣੀ ਆ ਕਿਤੇ ਨਾ ਕਿਤੇ ਆ ਸ਼ੌਪ ਆਈ ਥਿੰਕ, ਅਤੇ ਬਹੁਤੇ ਜ਼ਿਆਦਾ ਟੇਸਟ ਆ ਵਾ। ਬਨਾਨਾ ਅਤੇ ਨਟ ਕੇਕ ਬਹੁਤ ਬਹੁਤ ਸਵਾਦਿਸ਼ਟ, ਇਹ ਵੀ ਆਪਾਂ ਨਵਤੇਜ ਭਾਅ ਜੀ ਹੁਣਾਂ ਨੇ ਪੈਕ ਕਰਕੇ ਦਿੱਤਾ। ਇਹ ਹੈਗੇ ਟਾਊਨ ਜੇ ਇਹਨਾਂ ਦੇ, ਅਤੇ ਇੱਦਾਂ ਦੇ ਇਲਾਕੇ ਸਪੇਨ ਦੇ ਵਿੱਚ ਵੀ ਹੈਗੇ ਆ, ਉਹੋ ਜਿਹੀ ਫੀਲਿੰਗ ਆਉਂਦੀ ਆ, ਖਾਸ ਕਰ ਜਿਹੜੇ ਮੁਰਸ਼ੀਆ ਏਰੀਏ ਦੇ ਵਿੱਚ ਰਹਿੰਦੇ ਸਪੇਨ ਦੇ, ਉਹ ਇਹ ਚੀਜ਼ ਨਾਲ ਬਹੁਤ ਰਿਲੇਟ ਕਰਨਗੇ, ਉੱਥੋਂ ਦੇ ਪਿੰਡ ਇੱਦਾਂ ਦੇ ਹੀ ਆ। ਚਾਹ ਵੀ ਟੇਸਟੀ ਕਰਦੀ, ਮੈਨੂੰ ਪਤਾ ਨਹੀਂ $4 ਵਾਲੀ ਕਰਦੀ, ਸਹੀ ਗੱਲ ਕਰ ਰਹੀ ਭਾਅ ਜੀ, ਮੈਨੂੰ ਪਤਾ ਨਹੀਂ, ਮੈਂ ਐਕਸਪਲੇਨ ਕਰ ਪਾ ਰਹੀ, ਕਿਉਂਕਿ ਘਰਾਂ ਦੇ ਵਿੱਚ ਕਾੜਿਆ ਦੁੱਧ ਹੁੰਦਾ ਸੀ ਨਾ, ਹਾਂਜੀ ਜਦੋਂ ਉਹਨੂੰ ਚਾਹ 'ਚ ਪਾਈਦਾ ਉਹਦਾ ਸਵਾਦ ਡਿਫਰੈਂਟ ਆਉਂਦਾ ਸੀ, ਜਿਹੜਾ ਕੱਚਾ ਪਾਈ ਉਹਦਾ ਸਵਾਦ ਵੱਖਰਾ ਹੁੰਦਾ, ਅਤੇ ਕਾੜੇ ਦੁੱਧ ਵਰਗੀ ਚਾਹ ਦਾ ਸਵਾਦ ਆਉਂਦਾ, ਕਈਆਂ ਦੀ ਉਹ ਟੇਸਟ ਫੇਵਰੇਟ ਹੋਊਗਾ, ਮੈਨੂੰ ਨਹੀਂ ਚੰਗਾ ਲੱਗਦਾ। ਸੋ ਮੈਨੂੰ ਐਡੀ ਵਧੀਆ ਨਹੀਂ, ਪਹਿਲਾਂ ਇੱਕਦਮ ਲੱਗੀ ਉਹਦਾ ਸਵਾਦ ਜਿਹਾ ਲੱਗਾ ਕਾੜੇ ਜਿਹੇ ਦੁੱਧ ਦਾ, ਅਤੇ ਪਰ ਹੁਣ ਕੇਕ ਦੇ ਨਾਲ ਤਾਂ ਸੌਂ ਲੱਗੇ ਵੀ ਐਨ ਨਜ਼ਾਰੇ ਠੁੱਕ ਵੱਜ ਗਿਆ। ਇਹ ਆਪਾਂ ਜਾ ਰਹੇ ਹਾਂ ਭਾਅ ਜੀ, ਮੇਰੇ ਕੋਲ ਸਟੇਟ ਦਾ ਨਾਮ ਫਿਰ ਭੁੱਲ ਗਿਆ, ਨਹੀਂ ਨਿਬਰਾਸਕਾ ਤੋਂ ਅੱਗੇ ਜਿਹੜੀ ਆਉਣੀ ਆ ਵਿਓਮੀ ਆ ਉਹ, ਅਤੇ ਉਹ ਸਟੇਟ ਸਾਰੀ ਬੜੀ ਐਲੀਵੇਸ਼ਨ ਦੇ ਉੱਤੇ ਸਥਿਤ ਆ, ਵੀ ਉਹਦੀ ਉਹ ਚੱਲ ਜਾਈਦੀ ਆ ਕੋਈ 3,000 ਮੀਟਰ ਦੀ ਉਚਾਈ 'ਤੇ ਆਲਮੋਸਟ ਆ ਉਹ ਸਟੇਟ ਸਾਰੀ ਸਾਰੀ ਤਕਰੀਬਨ ਕਹਿੰਦੇ। ਨਹੀਂ ਮੈਂ ਜਿਹੜਾ ਬਫਰ ਟਾਊਨ ਚੈੱਕ ਕੀਤਾ ਨਾ ਉਹ 2700-2800 ਦੱਸ ਰਿਹਾ ਮੀਟਰ ਉੱਚਾ ਉਹ। ਹਾਂ ਸੋ ਇਹ ਹੌਲੀ ਹੌਲੀ ਐਲੀਵੇਸ਼ਨ ਹੀ ਆ ਟੋਟਲੀ, ਸੋ ਟਰੱਕ ਸਾਹਿਬ ਨੂੰ ਪਤਾ ਲੱਗ ਰਿਹਾ ਵਾ, ਅਤੇ ਉਹ ਜਾਂ ਪਿੱਛੇ ਵੇਖੀਏ ਨਾ ਅਤੇ ਦੂਰ ਦਰਾਡ ਉਦੋਂ ਪਤਾ ਲੱਗਦਾ ਵੀ ਉਹ ਚੀਜ਼ਾਂ ਪਿੱਛੇ ਨੀਵੀਆਂ ਰਹਿ ਰਹੀਆਂ। ਸੋ ਇਹ ਸਿੱਧ ਪੱਧਰੀ ਨਹੀਂ ਗੀ, ਇਹ ਹੌਲੀ ਹੌਲੀ ਤਾਂ ਨੂੰ ਜਾ ਰਹੀ ਆ ਰੋਡ। ਨਿਕਲਿਆ ਉਹਦਾ ਹੈ ਨਾ, ਉਹਦਾ ਉੱਥੋਂ ਹੋਣ ਕਰਕੇ
ਫੋਟੋਗ੍ਰਾਫੀ ਕਰਕੇ ਕਿਸੇ ਪਹਿਲਾਂ ਫੋਟੋ ਤੇ ਜਾਂ ਇੱਦਾਂ ਆੜੀ ਦੀ ਵਿਓਮਿੰਗ ਦੀ ਇਹਦੀ ਉਚਾਈ ਕਰਕੇ ਜਾਂ ਕੀ ਰੀਜ਼ਨ ਇਹ ਭਾਜੀ ਜਿੱਦਾਂ ਪੁਰਾਣੇ ਟਾਈਮ 'ਚ ਨਾ ਜਿਹੜਾ ਸੋਨਾ ਸੋਨਾ ਨਿਕਲਿਆ ਜਾਂ ਨਾਲ ਹੀ ਆ ਪ੍ਰੋਡਕਟ ਜਿਹੜਾ ਅਤੇ ਉਹਦੇ ਕਰਕੇ ਉੱਧਰ ਹੀ ਲੋਕ ਜ਼ਿਆਦਾ ਉੱਧਰ ਹੀ ਉਹਨਾਂ ਹੋਏ ਸੀ ਪ੍ਰੋਡਕਟ ਉਹ ਟਾਈਮ ਭਰ ਰਹੇ ਨਾ ਅਤੇ ਅੱਛਾ ਉੱਧਰ ਹੀ ਹਰ ਸੋਨਾ ਨਿਕਲਦਾ ਇੱਧਰੋਂ ਲੋਕ ਮੂਵ ਆਉਣ ਕਰ ਗਏ ਹੈ ਜ਼ਿਆਦਾ ਜ਼ਿਆਦਾ ਕਿ ਉੱਥੇ ਹੀ ਆਣ ਕੇ ਬਾਹਰੋਂ ਜਿੱਥੋਂ ਵੀ ਆਏ ਉੱਥੇ ਹੀ ਆ ਕੇ ਰਹਿਣ ਲੱਗ ਗਏ ਨਾ ਉੱਧਰ ਹੀ ਜਿੱਦੀ ਜ਼ਿਆਦਾ ਅਮਰੀਕਾ ਦੀ ਸੇਮ ਹੀ ਇਹਨਾਂ ਦੇ ਪੈਦਾ ਦੋਨਾਂ ਸਟੇਟਾਂ ਦਾ ਏਰੀਆ ਵੀ ਆਲਮੋਸਟ ਸੇਮ ਹੀ ਆ ਹਾਂ ਇੱਕ ਅਮਰੀਕਾ ਦੀ ਖਾਸੀਅਤ ਇਹ ਆ ਕਿ ਅਮਰੀਕਾ ਸਾਰਾ ਇੱਕ ਕਨੈਕਟਡ ਬਹੁਤ ਵਧੀਆ ਤਰੀਕੇ ਦੇ ਨਾਲ ਹੈ ਨਾ ਜਿਹੜੇ ਇੰਟਰ ਸਟੇਟ ਆ ਉਹ ਅਮਰੀਕਾ ਇੱਦਾਂ ਨਹੀਂ ਗਾ ਕਿ ਕਿਤੇ ਉਹ ਕਹਿ ਦਈਏ ਵੀ ਹਜ਼ਾਰਾਂ ਮੀਲ ਕੁਝ ਆਉਣਾ ਹੀ ਨਹੀਂ ਗਾ ਜਾਂ ਉੱਥੇ ਕੋਈ ਇੰਡਸਟਰੀ ਹੈ ਨਹੀਂ ਜਾਂ ਖੇਤੀਬਾੜੀ ਹੈ ਨਹੀਂ ਅਮਰੀਕਾ ਦੇ ਕਿਸੇ ਵੀ ਹਿੱਸੇ ਜਾ ਕੇ ਮੈਨੂੰ ਲੱਗਦਾ ਵੀ ਸ਼ਹਿਰ ਦੇ ਕਰਕੇ ਪ੍ਰਾਈਜ਼ ਵੱਧ ਘੱਟ ਹੋ ਜਾਂਦਾ ਪਰ ਜੋਬਾਂ ਕਰਨ ਵਾਸਤੇ ਲੋਕਲ ਲੋਕਾਂ ਦੇ ਜੋਬਾਂ ਕਰਨ ਵਾਸਤੇ ਕੋਈ ਨਾ ਕੋਈ ਇੰਡਸਟਰੀ ਮਾੜੀ ਮੋਟੀ ਹੈਗੀ ਹੈ ਚਾਹੇ ਉਹ ਖੇਤੀਬਾੜੀ ਹੋ ਜਾਵੇ ਜਾਂ ਕੁਛ ਹੋ ਜਾਵੇ ਸੋ ਬੱਸੋਂ ਆਈ ਤੁਰੀ ਜਾਂਦੀ ਆ ਅਤੇ ਬੱਸੋਂ ਵੀ ਆਈ ਤੁਰੀ ਜਾਂਦੀ ਟ੍ਰੈਫਿਕ ਵੀ ਨਹੀਂ ਮੁੱਕਦੀ ਜਿਉਂ ਚੱਲੇ ਆ ਯੈਲੋ ਸਟੋਨ ਇਸੇ ਦੀ ਆ ਓਕੇ ਓਕੇ ਭਾਅ ਜੀ ਉਹ ਵੀ ਵੇਖਾਂਗੇ ਕਦੀ ਯਾਰ ਦੁਨੀਆ ਭਰ ਦੇ ਵਿੱਚ ਖਲਾਰੇ ਪਾਉਣ ਵਾਲੀ ਹੈ ਅਮਰਾ ਹੈ ਨਾ ਆਹੋ ਉਹੀ ਆ 600 ਕੁ 700 ਬਿਲੀਅਨ ਬਜਟ ਆ ਇਹਨਾਂ ਦਾ ਹੈ ਨਾ ਆਹ ਇਹਨਾਂ ਨੇ ਇਹੋ ਜਿਹੀਆਂ ਆਪਣੇ ਜੰਮੂ ਉੱਧਰ ਕਸ਼ਮੀਰ 'ਚ ਵੀ ਵਰਤਦੇ ਆ ਜਿਹੋ ਜਿਹਾ ਉੱਪਰ ਡੈੱਕ ਜਿਹਾ ਬਣਾਇਆ ਇਹਦਾ ਰਾਊਂਡ ਜਿਹਾ ਉੱਪਰ ਗੰਨ ਕੱਢ ਕੇ ਮੀੜ ਕੇ ਉੱਧਰ ਵੀ ਆਪਣੇ ਆਹ ਜਿਵੇਂ ਆੜੀ ਆੜੇ ਮਾਡਲ ਜੇ ਹਾਂ ਇਮੋਸ਼ਨਲ ਅਟੈਚਮੈਂਟ ਹਰੇਕ ਦੀ ਹੋ ਹੀ ਜਾਂਦੀ ਜਿਹਨੇ ਇੱਥੇ ਰੋਟੀ ਕਮਾਈ ਆ ਨਾ ਸਹੀ ਗੱਲ ਹਾਂ ਬਈ 50 ਤਾਰੇ ਤੇ 7 ਸਟ੍ਰਾਈਪਾਂ ਹੈ ਬਲੈਕ ਐਂਡ ਇਹ ਆ ਜੀ ਸਭ ਤੋਂ ਉੱਜੜਿਆ ਪਿੰਡ ਕਹਿ ਲਓ ਹੁਣ ਗੋਸਟ ਟਾਊਨ ਕਹਿ ਲਓ 19ਵੀਂ ਸਦੀ ਦੇ ਵਿੱਚ ਭਾਅ ਜੀ ਇਹ ਜਿਹੜੀ ਸਟੇਟ ਦਾ ਦੂਸਰਾ ਸਭ ਤੋਂ ਵੱਡਾ ਟਾਊਨ ਸੀ ਇਹ ਹਾਂ ਰੇਲ ਬਣਾਉਣ ਵਾਸਤੇ ਲੋਕ ਆਏ ਇਹ ਨਾ 18ਵੀਂ 19ਵੀਂ ਸਦੀ ਦੇ ਵਿੱਚ ਵਸਾਇਆ ਸੀ ਇਹ ਵਾਰਨਿੰਗ ਵੀਡੀਓ ਸਰਵੇਲੈਂਸ ਅੱਛਾ ਅਤੇ ਉਦੋਂ ਰੇਲ ਵਿਛਾਉਣ ਵਾਸਤੇ ਇੱਥੇ ਲੋਕ ਵਸੇ ਸੀ ਅਤੇ ਬਾਅਦ ਵਿੱਚ ਹੌਲੀ ਹੌਲੀ ਇੱਥੋਂ ਲੋਕ ਮੂਵ ਹੋ ਗਏ ਆਸੇ ਪਾਸੇ ਅਤੇ ਫਾਈਨਲੀ ਇੱਕ ਹੀ ਬੰਦਾ ਇੱਥੇ ਰਹਿ ਗਿਆ ਸੀ ਉਹ ਵੀ ਮੂਵ ਹੋ ਗਿਆ ਸੋ ਆਹ ਹੀ ਇੱਕ ਗੈਸ ਸਟੇਸ਼ਨ ਵਜਿਆ ਇੱਥੇ ਵੀ ਉਹ ਕੰਮ ਕਰਨ ਨੂੰ ਬਾਹਰੋਂ ਹੀ ਆਉਂਦਾ ਕਹਿੰਦੇ ਆਹ ਪਿੰਡ ਦਾ ਨਾਂ ਜੀ ਹਾਂ ਇੱਕ ਇਹਦੀ ਉਚਾਈ ਬਹੁਤ ਹੈ ਨਾ ਹਾਈਐਸਟ ਟਾਊਨ ਇਹ 2780 ਮੀਟਰ ਸਮਥਿੰਗ ਦੀ ਉਚਾਈ ਦੇ ਹੈ ਐਂ ਤੁਹਾਨੂੰ ਦੇਖਣ ਨੂੰ ਲੱਗਦਾ ਆਪਾਂ ਫਲੈਟ ਹੀ ਗਰਾਊਂਡ 'ਤੇ ਹਾਂ ਪਰ ਪਿੱਛੋਂ ਜਿੱਦਾਂ ਆਪਾਂ ਕਿਹਾ ਨਾ ਚੜ੍ਹੀ ਤੁਰੀ ਆਈ ਆ ਜਿਹੜੇ ਟਾਊਨ ਦੀਆਂ ਨਾ ਇੱਕ ਤਾਂ ਚਲੋ ਇੱਕ ਕਰੀਏ ਕਿੱਦਾਂ ਭਾਅ ਜੀ ਕੀ ਜਾਂਦਾ ਪੁੱਛਿਆ ਨਹੀਂ ਨਹੀਂ ਆਹੋ ਘਰ ਦੇ ਵਿੱਚ ਤਾਂ ਨਹੀਂ ਜਾਂਦੇ ਸੋ ਇਹੜੇ ਟਾਊਨ ਦੇ ਵਿੱਚ ਕਦੀ ਰਾਸ਼ਟਰਪਤੀ ਵੀ ਇਹਨਾਂ ਦਾ ਆ ਚੁੱਕਾ ਇੱਥੇ ਜਦੋਂ ਇਹ ਆਬਾਦ ਹੁੰਦਾ ਸੀ ਇੱਕ ਨਾ ਇੱਥੇ ਟ੍ਰੇਨ ਲੰਘਦੀ ਪਰਲੀ ਸਾਈਡ ਤੋਂ ਅਤੇ ਇੱਕ ਅਮਰੀਕਾ ਦਾ ਬਹੁਤ ਫੇਮਸ ਲਟੇਰਾ ਰਿਹਾ ਵਾ ਬੁੱਚ ਕੈਸੀਡੀ ਆਈ ਥਿੰਕ ਉਹਦਾ ਇਹਨੂੰ ਇੱਦਾਂ ਹੀ ਬੋਲਦੇ ਹੋਣਗੇ ਉਹ ਬੰਦੇ ਨੇ ਬਹੁਤ ਬੇਕਾ ਬੁੱਕਾ ਲੁੱਟੀਆਂ ਉਹਨੇ ਬਥੇਰੇ ਬਾਅਦ ਵਿੱਚ ਉਹ ਭੱਜ ਗਿਆ ਸੀ ਸ਼ਾਇਦ ਅਰਜਨਟੀਨਾ ਭੱਜ ਗਿਆ ਸੀ ਉੱਥੇ ਕਹਿੰਦੇ ਸ਼ਾਇਦ ਗੈਂਗ ਵਾਰ 'ਚ ਮਾਰਿਆ ਮੂਰਿਆ ਗਿਆ ਸੋ ਉਹਦੀ ਗੈਂਗ ਹੁੰਦੀ ਸੀ ਉਹ ਲੁਟੇਰਾ ਸੀ ਉਹਨੇ ਇੱਥੋਂ ਇੱਕ ਵਾਰੀ ਟ੍ਰੇਨ ਵੀ ਲੁੱਟੀ ਸੀ ਉਹਨੇ 1899 ਦੇ ਵਿੱਚ ਉਹਦੇ ਟਾਈਮ ਅਠਾਰਾਂ ਦੇ ਵਿੱਚ ਉਹਨੇ $30,000 ਲੁੱਟਿਆ ਸੀ ਉਹਦੀ ਟ੍ਰੇਨ ਦੇ ਵਿੱਚੋਂ ਅਤੇ ਅੱਜ ਦੇ ਦਿਨ ਕਹਿੰਦੇ ਵੀ ਉਹਦੀ ਵੈਲਿਊ ਮਿਲੀਅਨਸ ਦੇ ਵਿੱਚ ਹੈ ਨਾ ਜੇ ਆਪਾਂ ਇਨਫਲੇਸ਼ਨ ਰੇਟ ਦੇ ਹਿਸਾਬ ਨਾਲ ਲਾਈਏ ਅਤੇ ਹੁਣ ਸੋ ਰੀਸੈਂਟਲੀ ਉਹ ਭਾਅ ਜੀ ਬੰਦਾ ਕਦੋਂ ਮੂਵ ਕੀਤਾ ਤੁਹਾਨੂੰ ਯੀਅਰ ਯਾਦ ਆ ਜਿਹੜਾ ਇੱਕ ਸੀ ਇਕੱਲਾ ਰਹਿ ਗਿਆ ਉਹ ਆਈ ਥਿੰਕ 12 'ਚ ਚਲ ਗਿਆ ਸੀ ਹਾਂ 12 'ਚ ਉਹ ਆਪਣਾ ਇਕੱਲਾ ਰਹਿ ਗਿਆ ਫਿਰ ਉਹਦਾ ਮੁੰਡਾ ਰਹਿੰਦਾ ਉੱਥੇ
ਕੈਲੀਫੋਰਨੀਆ ਉਹਦੇ ਕੋਲ ਚਲ ਗਿਆ ਵੱਡੇ ਮੁੰਡੇ ਹਾਂ ਉਹਦੇ ਕੋਲ ਇੱਥੇ ਮੇਰੇ ਖਿਆਲ 10 ਏਕੜ ਜ਼ਮੀਨ ਸੀ ਉਹ ਕੋ ਸ਼ਾਇਦ 4 ਏਕੜ ਚਾਰ ਹਾਂ ਨਹੀਂ ਨਹੀਂ 4 ਹੈਕਟੇਅਰ 10 ਏਕੜ ਹਾਂ 4 ਹੈਕਟੇਅਰ 10 ਏਕੜ ਜ਼ਮੀਨ ਸੀ ਅਤੇ ਉਹ ਬੋਲੀ ਸਟਾਰਟ ਕੀਤੀ ਸੀ ਆਹ ਵਿੱਚ ਗੈਸ ਸਟੇਸ਼ਨ ਵਗੈਰਾ ਆ ਗਿਆ ਸਾਈਡ 'ਤੇ ਅਤੇ ਬੋਲੀ ਉਹਨੇ ਸਟਾਰਟ ਕੀਤੀ ਸੀ ਇੱਕ ਕਿੰਨੇ ਤੋਂ 1 ਲੱਖ ਤੋਂ ਨਾ ਮੇਰੇ ਖਿਆਲ ਨਾਲ 9 ਲੱਖ ਦਾ ਵਿਕਿਆ 9 ਲੱਖ ਦਾ ਤਾਂ ਹੁਣ ਵਿਕਿਆ ਨਾ ਵੀਅਤਨਾਮੀਆਂ ਨੇ ਲਿਆ ਹਾਂ ਸੋ ਵੇਚ ਵੱਟ ਕੇ ਉਹ ਆਪਣੇ ਮੁੰਡੇ ਕੋਲ ਰਹਿਣ ਚਲਾ ਗਿਆ ਜੀ ਅਤੇ ਨਾ ਤੁਸੀਂ ਪੜ੍ਹ ਹੀ ਲਿਆ ਗੂਫੋਰਡ ਹਾਂ ਉੱਦਾਂ ਹੈ ਨਹੀਂ ਚੱਲ ਇਹ ਆ ਵੀ ਲੋਕੀ ਰੁਕਦੇ ਆ ਨਾ ਹਿਸਟੋਰੀਕ ਆਹ ਦੇਖ ਲਓ ਜੀ 1866 ਦੇ ਵਿੱਚ ਵਸਾਇਆ ਸੀ ਇਹ ਅਤੇ ਕਿਸੇ ਟਾਈਮ ਜਿਹੜੀ ਸਟੇਟ ਦਾ ਦੂਸਰਾ ਸਭ ਤੋਂ ਵੱਡਾ ਪਿੰਡ ਸੀ ਅਤੇ ਅਜੇ ਵੀ ਹੁਣ ਇੱਥੇ ਰਹਿੰਦਾ ਕੋਈ ਵੀ ਨਹੀਂ ਗਾ ਪਰ ਜਿਪਕੋੜੇ ਦਾ ਅਜੇ ਵੀ ਹੈਗਾ ਜੀ 82052 ਅਤੇ ਹਾਈਐਸਟ ਟਾਊਨ ਆ ਇਹ ਸੋ ਨਿਊਯਾਰਕ ਤੋਂ ਲੈ ਕੇ ਸਨ ਫਰਾਂਸਿਸਕੋ ਤੱਕ ਕਿੱਥੇ ਇੱਕ ਸਾਈਡ 'ਤੇ ਨਿਊਯਾਰਕ ਅਤੇ ਕਿੱਥੇ ਸਨ ਫਰਾਂਸਿਸਕੋ ਉਹਦੇ ਬਿਟਵੀਨ ਆ ਜਿਹੜੀ ਰੋਡ ਆ I-80 ਜਿਹੜੀ ਜਾ ਰਹੀ ਹੈ ਜਿੱਥੇ ਟਰੱਕ ਵਗੈਰਾ ਸੋ ਇਹਦੇ ਉੱਤੇ ਹਾਈਐਸਟ ਪੁਆਇੰਟ ਆ ਇਹ ਕਿਸੇ ਟਾਊਨ ਲਈ ਰੱਬ ਸਬੱਬੀ ਟ੍ਰੇਨ ਵੀ ਆ ਗਈ ਕਿਸੇ ਟਾਈਮ ਭਾਅ ਜੀ ਇਮੈਜਿਨ ਕਰੋ ਉਹਦਾ ਡਾਕੂ ਮਸ਼ਹੂਰ ਹੋਇਆ ਬੁੱਚ ਕੈਸਡੀ ਉਹਨੇ ਕਿਸੇ ਦੇ ਘੋੜੇ ਨਾਲ ਭਜਾ ਭਜਾ ਕੇ ਲੁੱਟੀ ਹੋਣੀ ਹੈ ਨਾ ਗੱਬਰ ਸਿੰਘ ਬਣਿਆ ਹੋਣਾ ਹਾਂ ਉਦੋਂ ਉਹਨੇ ਵੀ ਡਾਕਾ ਚੰਗਾ ਉੱਤੇ ਕਹਿੰਦੇ ਬੜੀਆਂ ਫਿਲਮਾਂ ਵੀ ਬਣੀਆਂ ਬੜੇ ਨੋਵਲ ਵੀ ਲਿਖੇ ਗਏ ਉਹਦੇ ਬੰਦੇ ਦੇ ਇਹ ਇੱਥੋਂ ਨਾ ਏਰੀਆ ਸ਼ੁਰੂ ਹੋ ਜਾਂਦਾ ਵਾ ਡੈਵਲ ਟਾਵਰ ਆ ਭਾਜੀ ਅੱਛਾ ਹਨਾ ਕਿੱਡਾ ਘੈਂਟ ਆ ਤੇ ਇਹ ਵਿੱਚ ਵੀ ਇੰਨਾ ਉੱਚਾ ਗਿਆ ਘੈਂਟ ਆ ਵੀ ਹਨਾ ਗਾਂ ਕਦੇ ਇਹ ਵਿਓਮਿੰਗ ਸਟੇਟ ਜ਼ਰੂਰ ਆਉਣਾ ਇੱਕ ਇੱਥੇ ਨਾ ਰੌਕੀ ਮਾਊਂਟੇਨਸ ਸ਼ੁਰੂ ਹੋ ਜਾਂਦੀਆਂ ਤੇ ਬੜੀ ਉਚਾਈ ਦੀ ਆ ਬਾਹਰ ਬੜੀ ਠੰਡ ਆ ਕੁਲਫੀ ਜੰਮਣ ਡਈ ਭਾਈ ਹਾਂ ਇਹ ਅੱਗੇ ਜਾ ਕੇ ਆ ਇਹ ਇਹੋ ਜਿਹਾ ਹਨਾ ਹਾਂ ਲੜ ਜੀ ਪਈ ਜਾਂਦੀ ਮੈਨੂੰ ਲੱਗਦਾ ਜਿਵੇਂ ਆਪਣੇ ਨਹੀਂ ਉੱਥੇ ਹਿਮਾਲਿਆ ਜਾਂਦੇ ਆ ਉਹ ਫਿਰਦਾ ਵਾ ਯੇਟੀ ਕੀ ਜਾਂਦੇ ਆ ਉਹ ਵੇਖੋ ਨਾ ਹਾਂ ਉਹ ਬਿਗ ਫੁੱਟ ਇੱਥੇ ਵੀ ਬਿਗ ਫੁੱਟ ਹਨਾ ਹਾਂ ਇਹ ਵਾਲੀ ਸਟੇਟ ਆ ਸੋ ਇੱਥੇ ਵੀ ਮਹਾਰਾਜ ਇਦਾਂ ਲੋਕ ਗਾਥਾ ਮਸ਼ਹੂਰ ਆ ਕਿ ਆਹ ਚੀਜ਼ ਹੈਗੀ ਆ ਇਹਨਾਂ ਪਹਾੜੀਆਂ ਦੇ ਵਿੱਚ ਇਹ ਫਿਰਦੀ ਹੈ ਜੀ ਸੋ ਧਿਆਨ ਨਾਲ ਬਿਗ ਫੁੱਟ ਵੀ ਆਉਂਦੇ ਆ ਤੇ ਉਹ ਵੀ ਇਹਨੂੰ ਆਉਂਦੇ ਆ ਸਕੁਐਚ ਬਾਕੀ ਅਮਰੀਕਾ ਵਾਲਿਓ ਅਤੇ ਹੋਰ ਦੁਨੀਆ ਵਾਲਿਓ ਜਿੰਨਾ ਕੁ ਮੈਂ ਨੈੱਟ 'ਤੇ ਇੱਥੇ ਰੁਕ ਕੇ ਪੜ੍ਹਿਆ ਇੱਥੋਂ ਬਾਰੇ ਅਤੇ ਜਾਂ ਜਿਹੜੀਆਂ ਫੋਟੋਆਂ ਵੇਖੀਆਂ ਵਧੀਆ ਘੁੰਮਣ ਵਾਲੀ ਸਟੇਟ ਆ ਅਤੇ ਵੀ ਹਰਿਆਲੀ ਪਾਣੀ ਪੂਣੀ ਹੈ ਨਾ ਰੌਕੀ ਮਾਊਂਟੇਨ ਹੋਣ ਕਰਕੇ ਅਤੇ ਠੰਡ ਆ ਹਲੇ ਚੰਗੀ ਮਹੀਨਾ ਵੇਖ ਲਓ ਕਿਹੜਾ ਜੁਲਾਈ ਅਤੇ ਪੂਰੀ ਬਾਹਰ ਕੁਲਫੀ ਜੰਮਣ ਵਾਲਾ ਵਾ ਅਤੇ ਕੋਟੀ ਕੱਟੀ ਪਾਉਣ ਦੀ ਲੋੜ ਪੈ ਜਾਂਦੀ ਆ ਈਵਨ ਸ਼ਾਮ ਨੂੰ ਵੀ ਅਤੇ ਰਾਤ ਨੂੰ ਤਾਂ ਡੈਫੀਨੇਟਲੀ ਹੋਰ ਜ਼ਿਆਦਾ ਠੰਡ ਹੋ ਜਾਂਦੀ ਉਹ ਅਤੇ ਸੋ ਮੈਂ ਕਹਿ ਰਿਹਾ ਵੀ ਫੋਟੋਆਂ ਮੈਂ ਜਿੰਨੀਆਂ ਕੁ ਵੇਖੀਆਂ ਵੀ ਉੱਥੋਂ ਬਹੁਤ ਵਧੀਆ ਲੱਗਾ ਵੀ ਸਟੇਟ ਘੁੰਮਣ ਵਾਲੀ ਆ ਅਤੇ ਬਾਕੀ ਉਹਨਾਂ ਨੇ ਮੈਨੂੰ ਲੱਗਦਾ ਬੁੱਚ ਕਸੀਡੀ ਉਹਨਾਂ ਦੇ ਟ੍ਰੇਨ ਲੁੱਟਣੀ ਟ੍ਰੇਨ ਰੁਕਦੀ ਨਹੀਂ ਇੱਕ ਜਾਂਦੀ ਆ ਦੂਜੀ ਮੈਂ ਆਪਣੇ ਖਲੋਤੇ ਖੋਤੇ ਭਾਅ ਜੀ 3-4 ਟ੍ਰੇਨਾਂ ਲੰਘ ਗਈਆਂ ਨਾ ਹਾਂ ਲਾਈਨ ਆ ਨਾ ਹਾਂ ਇਹਦੇ ਵਿੱਚ ਭਾਅ ਜੀ ਹੈਗੀ ਆ ਵਾਈਲਡ ਲਾਈਫ ਨਾ ਮੈਨੂੰ ਦਿਖੇ ਆ ਹੈ ਨਾ ਜੀਵ ਜੰਤੂ ਜੋ ਉਹ ਤੱਕ ਦਿਖੇ ਸੀ ਵਿੱਚ ਉਹ ਅੱਗੇ ਆ ਗਿਆ ਜੀ ਇਬਰਾਹਿਮ ਲਿੰਕਨ ਹੋਣਾ ਦਾ ਸਟੈਚੂ ਬਣਿਆ ਇੱਥੇ ਪਿੱਛੇ ਵੀਡੀਓ ਜਿਹੜੀ ਆਪਾਂ ਉਦੋਂ ਗੱਲ ਕਰਦੇ ਸੀ ਨਾ ਵੀ ਹਵਾ ਇੱਥੇ ਕੁ ਚੱਲਦੀ ਹੈ ਇਹ ਉਹ ਏਰੀਆ ਵਾ ਸੋ ਭਾਅ ਜੀ ਵੀ ਉਦੋਂ ਨਵਤੇਜ ਭਾਅ ਜੀ ਵੀ ਇਹਨੂੰ ਹੀ ਰੈਫਰ ਕਰ ਰਹੇ ਹੋਣਗੇ ਆਪਣੀ ਗੱਲ ਦੇ ਵਿੱਚ ਅਤੇ ਇਹਦੇ ਵਿੱਚ ਆਸੇ ਪਾਸੇ ਪਹਾੜੀਆਂ ਵਾ ਅਤੇ ਇਹ ਏਰੀਆ ਕਹਿੰਦੇ ਵਿੱਚ ਸਮਤਲ ਜਿਹਾ ਵਾ ਅਤੇ ਜਿਹੜੀ ਪਹਾੜਾਂ ਦੇ ਵਿੱਚ ਘੁੰਮ ਘੁੰਮ ਕੇ ਹਵਾ ਜੀ ਬਣਦੀ ਆ ਉਹ ਫਿਰ ਇੱਧਰੋਂ ਦੀ ਪਾਸ ਹੁੰਦੀ ਆ ਇੱਥੇ ਕਹਿੰਦੇ ਵੀ ਸਿਆਲਾਂ ਦੇ ਵਿੱਚ ਫਿਰ ਚੰਗੇ ਯਾਨੀ ਕਿ ਅਪਰੋਕਸੀਮੇਟਲੀ ਕਹਿੰਦੇ 70 ਕੁ ਮਾਈਲਸ 'ਤੇ ਵੀ ਹੈ ਨਾ ਸਪੀਡ ਤੇ ਹਵਾ ਚੱਲਦੀ ਆ ਬੜੀ ਤੇਜ਼ ਹੁੰਦੀ ਆ
ਡਸਟਬਿਨ ਕਹਿ ਦਿੰਦੇ ਉਹਨੂੰ ਓਕੇ ਭਾਜੀ ਜਿੰਨਾ ਥੱਪੜ ਜਾ ਅੱਛਾ ਥੱਪੜ ਜਾ ਪੈਂਦਾ ਇੱਕਦਮ ਹੀ ਉਹ ਲਗਾਤਾਰ ਨਹੀਂ ਇੰਨੀ ਜਲਦੀ ਓਕੇ 20 ਕਿਲੋਮੀਟਰ ਦੀ ਚੱਲੀ ਹੈ ਨਹੀਂ ਹਾਂ ਇੱਕਦਮ ਮਾਰਦੀ ਉਹ ਜ਼ਿਆਦਾ ਡੇਂਜਰਸ ਹੁੰਦੀ ਹੈ ਨਾ पर ये गल मैं दस दा एडा भी सौखा नहीं गा भी बंदा आखे भी इहदे विच कोई खतरा नहीं गा भी बस आके सीट ते बह के ते नजारे ही नजारे आ नजारे नहीं उरे कोई नहीं अड्डे हैगे बहुत कुछ कंप्रोमाइज़ करना पैदा जो नज़ारे ही होना तो एडी इंडस्ट्री के बहुत दुनिया बड़ी हो पर एडी इंडस्ट्री ऑलवेज शॉर्टेज ही रही है जोड़े पुराने काम करते छड़ छड़ मूव हो जाते रहते जोड़े काम अगे पिछे जो आप वीडियो भी गल की थी कि अमेरिका दी पांच मोस्ट डेंजरस जॉब्स के कंसिडर होंगी है ट्रकिंग उदा एक गल हैगी कि इंडिया के जी आओ भगत होंगी ना वो अमरीका वाले की कनेडा वाले की भी होंगी होंगी ही पर कनेडा हूँ जानी कि मेरे ख्याल में कनेडा का तो हूँ कई काफ़ी लोग इदा के भी जोड़े हूँ इंडिया जाके दसन गए भी नहीं भी कनेडा तो आए हो भी आस आसे पासे वाला मुल्क दस देंगे भी पर अभी उत्थे वाहवा जानी ना भी जोरी सेंटर हालात ने उत्थे एट द मोमेंट सो अमरीका अजे तक बचिया वा सो अमरीका की कह लो भी पिछले आप कह ही सकते हैं कोई भी तीह तीह क साल तो जानी कि तीह तो भी ज्यादा कहते 40 साल तो चढ़ाई जी है ना हाँ हाँ ये गल है पर उदा अमरीका वाले लोग मैं बहुते देखे भाजी वो कहें ना भी मैं एक चीज़ नोट की आ कि अमरीका के लोग मैनू इंडिया जाके लीस्ट फुकरी मारते होंगे आ फुकरे भी होंगे आ हाँ कई नहीं भी होंगे पर अमरीका के लोग इन्ने इंडिया जाके फुकरियां नहीं मारते यूरोप दे विच कुछ हाँ यूरोप च करदे लोकी यूरोप च कुछ आ गए ना यूरोप च जाके कमीज दा बटन ला के उपरों चैनी जी कढ के ओह भी काम बहुत करदे कनेडा वाले भी बहुत पाउंदे आ सोने दीआं चैनियां चुन्नियां इंडिया जाके आहो चल ठीक है बंदे ने शौक पूरे कर रहे एक होंगे शौक तो एक होंगी फुकरी है ना ये भी दो चीजा ये की है भाजी अच्छा भी पंजाबी का ट्रक अच्छा ठीक है सो I-80 मशहूर है जी तो आते टाइम टाइम टू टाइम जो कि मोटर होम दे आपां कढ़िया ट्रिप उदों करांगे एक्सप्लोर यह थावां सो हाँ हुण गुस्सा ना कर जो भरावो कनेडा वाले भी ये गल सच आ है ना हाँ उन्होंने वाह वाह नहीं नहीं करते भाजी मैनू पता वा मैनू फील हुंदा वा वेखी दा वा भी कौन की भी एक कड़ी कंट्री ऑब्जर्व आ मेरी ऑब्जर्वेशन आए रोंग भी हो सकती है हुण नहीं भाजी हाँ हुण कोई चाहुंदा ना कि मैं बाहरों आया तो मेरी कोई आओ भगत करे उदों दुनिया नूं हुंदा सी भी इह बाहरों आया कोई पुछिए बाहर हुण यूट्यूब ते सारा कुछ पिया हरेक घरों बाहर बराबर नहीं चल सकता भावे जिड्डा मर्जी बिजनेस होवे पता नहीं कित्थों कट कट ले आउंदे दुनिया उत्थों पैसे हां भाई एदां ही